ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਇਸ ਵੇਲੇ ਦੀ ਵੱਡੀ ਖਬਰ ਸਾਂਝੀ ਕਰ ਰਿਹਾ ਤੁਹਾਡੇ ਨਾਲ ਇਸ ਮਹਾਨ ਮਸ਼ਹੂਰ ਪੰਜਾਬੀ ਹਸਤੀ ਦੀ ਹੋਈ ਅਚਾਨਕ ਮੌਤ ਸ਼ਾਇ ਸੋਗ ਦੀ ਲਹਿਰ ਵੀਡੀਓ ਨੂੰ ਪੂਰੀ ਅੰਤ ਤੱਕ ਦੇਖ ਲਿਓ ਪੂਰੀ ਖਬਰ ਦਾ ਤੁਹਾਨੂੰ ਪਤਾ ਲੱਗ ਜਾਵੇਗਾ ਨਾਲ ਹੀ ਵੀਡੀਓ ਨੂੰ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਇੱਕ ਅਜਿਹੀ ਮਹਾਨ ਹਸਤੀ ਨੇ ਅਚਾਨਕ ਸਦੀਵੀ ਵਿਛੂੜਾ ਪਾਇਆ ਤੇ ਸਾਰਿਆਂ ਨੂੰ ਸੋਗ ਦੇ ਵਿੱਚ ਪਾ ਦਿੱਤਾ ਤੇ ਇੱਕ ਅਜਿਹੀ ਹਸਤੀ ਸਾਡੇ ਵਿੱਚੋਂ ਚਲੀ ਗਿਆ ਜਿਸ ਦੇ ਜਾਣ ਦੇ ਨਾਲ ਹਰ ਪਾਸੇ ਸੋਗ ਦਾ ਮਹਿਲ ਪੈਦਾ ਹੋ ਚੁੱਕਿਆ ਤੇ ਇੱਕ ਪੰਜਾਬੀ ਮਸ਼ਹੂਰ ਮਹਾਨ ਹਸਤੀ ਇਸ ਦੁਨੀਆ ਨੂੰ ਅਲਵਦਾ ਕਹਿ ਗਈ ਹੈ ਤੇ ਜਿਸ ਦੇ ਅਲਵਦਾ ਹੋਣ ਦੇ ਨਾਲ ਹਰ ਇੱਕ ਦੇ ਦੁੱਖਾਂ ਦਾ ਪਹਾੜ ਟੁੱਟ ਗਿਆ ਤੇ ਜਿਹੜੀ ਹਸਤੀ ਹੁਣ ਸਾਡੇ ਵਿੱਚਕਾਰ ਨਹੀਂ ਰਹੀ ਹੈ ਉਹ ਕਾਫੀ ਲੰਬੇ ਸਮੇਂ ਤੋਂ ਬਿਮਾਰੀ ਦੇ ਨਾਲ ਜੂਝ ਰਹੇ ਸਨ ਤੇ ਉਹਨਾਂ ਦੇ ਅਚਾਨਕ ਇੰਜ ਜਾਨ ਦੇ ਨਾਲ ਹਰ ਪਾਸੇ ਕੋਈ ਸਦਮੇ ਦੇ ਵਿੱਚ ਹੈ ਗੱਲ ਕਰਿਆ ਮਹਾਨ ਹਸਤੀ ਪ੍ਰੋਫੈਸਰ ਲਖਵੀਰ ਸਿੰਘ ਦੀ ਸਮਾਜ ਸੇਵੀ ਅਤੇ ਪਹਿਲ ਸੰਸਥਾ ਦੇ ਸੰਸਤਾਪਕ ਹੁਣ ਸਾਡੇ ਵਿਚਕਾਰ ਨਹੀਂ ਰਹੇ ਹਨ ਤੇ ਉਹਨਾਂ ਦਾ ਅੱਜ ਤੜਕੇ ਹੀ 6 ਵਜੇ ਦਿੱਲੀ ਦੇ ਆਕਾ ਹਸਪਤਾਲ ਦੇ ਵਿੱਚ ਦੇਹਾਂਦ ਹੋ ਗਏ ਤੇ ਪ੍ਰੋਫੈਸਰ ਲਖਵੀਰ ਸਿੰਘ ਕੈਂਸਰ ਦੀ ਬਿਮਾਰੀ ਤੋਂ ਲੰਬੇ ਸਮੇਂ ਤੋਂ ਜੂਝ ਰਹੇ ਸਨ ਅਤੇ ਉਹ ਕਾਫੀ ਸਮਾਂ ਬਿਮਾਰ ਵੀ ਰਹੇ ਤੇ ਉਹਨਾਂ ਦਾ ਇਲਾਜ ਵੀ ਹੋਇਆ ਪਰ ਅੱਜ ਉਹਨਾਂ ਦਾ ਦਿੱਲੀ ਦੇ ਏਮਜ਼ ਹਸਪਤਾਲ ਦੇ ਵਿੱਚ ਦੇਹਾਂਤ ਹੋ ਗਿਆ ਤੇ ਉਹਨਾਂ ਦੇ ਵੱਲੋਂ ਡੀਏਵੀ ਕਾਲਜ ਦੇ ਵਿੱਚ ਪੰਜਾਬੀ ਭਾਸ਼ਾ ਦੇ ਐਸਐਚਓ ਡੀ ਦੇ ਰੂਪ ਵਿੱਚ ਸੇਵਾਵਾਂ ਵੀ ਨਿਮਾਈਆਂ ਸਨ ਦੱਸਣਾ ਬੰਦਾ ਹੈ ਕਿ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਵੀ ਉਹਨਾਂ ਦਾ ਇਲਾਜ ਕਰਵਾਇਆ ਗਿਆ ਪਰ ਉੱਥੇ ਵੀ ਉਹ ਠੀਕ ਹੋ ਕੇ ਘਰ ਵਾਪਸ ਪਰਤ ਗਏ ਸਨ ਪੁੱਤਰ ਮੇਰੇ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਡਾਕਟਰਾਂ ਨੇ ਉਹਨਾਂ ਨੂੰ ਦੱਸਿਆ ਸੀ ਕਿ ਉਹਨਾਂ ਦੇ ਪਿਤਾ ਦੇ ਫੇਫੜਿਆਂ ਵਿੱਚ ਪਾਣੀ ਭਰ ਚੁੱਕਾ ਹੈ ਤੇ ਡਾਕਟਰਾਂ ਨੇ ਦੱਸਿਆ ਕਿ ਉਹਨਾਂ ਨੂੰ ਬਲੱਡ ਕੈਂਸਰ ਹੋ ਚੁੱਕਿਆ ਹੈ।